ਗਿਆਨ ਦੀਆਂ ਅੱਖਾਂ ਨਾਲ ਫਿਰ ਮੇਰੇ ਪਿੱਛੇ ਨਹੀਂ ਲੱਗੇਗਾ, ਮੇਰੀ ਗੱਲ ਨਹੀਂ ਮੰਨੇਗਾ। ਇਸ ਲਈ ਇਹਨੂੰ ਅਗਿਆਨੀ ਰੱਖਣਾ ਚਾਹੀਦਾ। ਉਹਨੇ ਸਭ ਤੋਂ ਪਹਿਲਾਂ ਇਹ ਹੁਕਮ ਕੀਤਾ। ਲਓ ਮੈਂ ਇੱਕ ਤਰ੍ਹਾਂ ਤਰ੍ਹਾਂ ਸੋਚਿਓ, ਕੋਈ ਵੀਰ ਬੈਠੇ ਹੋਣਗੇ ਹਿੰਦੂ ਵੀਰ, ਤੇ ਮੈਂ ਚਾਹੁੰਦਾ ਮੈਂ ਉਹਨਾਂ ਨੂੰ ਵੀ ਸੰਬੋਧਨ ਕਰ ਸਕਾਂ। ਕਿਤੇ ਇਹ ਨਾ ਸਮਝ ਲਿਓ ਸਿੱਖ ਹਿੰਦੂ ਦੇ ਵਿਰੁੱਧ ਜਾਂ ਗੁਰਬਾਣੀ ਹਿੰਦੂ ਦੇ ਵਿਰੁੱਧ, ਬਲਕਿ ਹਿੰਦੂ ਨਾਲ ਹਮਦਰਦੀ ਰੱਖਦੀ। ਗੁਰੂ ਨਾਨਕ ਤਾਂ ਹਿੰਦੂ ਵੀਰਾਂ ਨਾਲ ਹਮਦਰਦੀ ਕਰ ਰਿਹਾ ਤੇ ਵੇਖਦਾ ਹੈ ਇਹ ਕਿਸ ਜ਼ੁਲਮ ਵਿੱਚ ਪਿਸ ਰਹੇ ਨੇ, ਮੈਂ ਇਹਨਾਂ ਨੂੰ ਵੀ ਜ਼ਰਾ ਗਿਆਨ ਦੇ ਦੇ। ਤੁਸੀਂ ਨਾ ਸੁਣੋ ਵੱਖਰੀ ਗੱਲ, ਪਰ ਜੇ ਕਦੀ ਗੁਰਬਾਣੀ ਨੂੰ ਸਮਝੋ ਤੇ ਇਹ ਜੀਵਨ ਦਾ ਇੱਕ ਬੜਾ ਵੱਡਾ ਰਾਜ਼ ਖੋਲਦੀ ਹੈ। ਗੁਰਬਾਣੀ ਵਿੱਚ ਲਫ਼ਜ਼ ਨੇ, ਬਕਾਇਦਾ ਨਾਮ ਲੈ ਕੇ ਲੋਕ ਕਹਿੰਦੇ ਨੇ ਹੋਇਆ ਕਿ ਬ੍ਰਾਹਮਣ ਨੇ ਸੋਚਿਆ ਜੇ ਕਿਤੇ ਇਹਨਾਂ ਨੂੰ ਗਿਆਨ ਹੋ ਗਿਆ ਧਰਮ ਦਾ, ਫਿਰ ਮੇਰੀ ਬਾਂਹ ਫੜ ਕੇ ਨਹੀਂ ਤੁਰਨਗੇ, ਮੇਰੇ ਗੁਲਾਮ ਨਹੀਂ ਹੋਣਗੇ। ਸਭ ਤੋਂ ਪਹਿਲਾਂ ਉਹਨੇ ਇਹ ਆਰਡਰ ਕੀਤਾ, ਇਹ ਐਲਾਨ ਕੀਤਾ ਵੀ ਬਿਨਾਂ ਬ੍ਰਾਹਮਣ ਦੇ ਕੋਈ ਧਰਮ ਵਿਦਿਆ ਨਹੀਂ ਪੜ੍ਹ ਸਕਦਾ, ਬਿਨਾਂ ਬ੍ਰਾਹਮਣ ਦੇ ਕਿਸੇ ਨੂੰ ਅਧਿਕਾਰ ਨਹੀਂ ਵੇਦਾਂ ਸ਼ਾਸਤਰਾਂ ਦਾ ਪਾਠ ਕਰਨ ਦਾ, ਪੜ੍ਹਨ ਦਾ ਅਧਿਕਾਰ ਹੀ ਕੋਈ ਨਹੀਂ। ਜਾਂ ਕਿ ਦੁਨੀਆਂ ਦੇ ਲੋਕ ਧਰਮ ਤੋਂ ਵੀ ਹੁਣੇ ਰਹਿ ਜਾਣ, ਧਰਮ ਦਾ ਗਿਆਨ ਹੀ ਨਾ ਉਹਨਾਂ ਨੂੰ ਹੋਵੇ, ਤੇ ਉਹ ਅਧਿਕਾਰ ਕੇਵਲ ਬ੍ਰਾਹਮਣ ਨੂੰ, ਤੇ ਬਾਕੀ ਲੋਕ ਜਿਹੜੇ ਨੇ ਉਹ ਆਪਣੇ ਧਰਮ ਦੇ ਕਰਮ, ਆਪਣੇ ਜੀਵਨ ਦੇ ਕਰਤੱਵ ਵਿੱਚ ਹਰ ਕਦਮ ਤੇ ਬ੍ਰਾਹਮਣ ਕੋਲ ਪੁੱਛ ਕੇ ਕਰ, ਤੇ ਜੋ ਕੁਝ ਮੈਂ ਆਖਦੇ ਹਾਂ ਉਹਨਾਂ ਦੀ ਸ਼ਰਧਾ ਦੇ ਪੈਰ ਇੰਨੇ ਮਜ਼ਬੂਤ ਹੋਣ, ਅੱਖਾਂ ਨਾ ਹੋਣ ਪਰ ਸ਼ਰਧਾ ਦੇ ਪੈਰ ਇੰਨੇ ਮਜ਼ਬੂਤ ਹੋਣ, ਜੋ ਮੈਂ ਆਖਦੇ ਹਾਂ ਉਸੇ ਪਾਸੇ ਤੁਰ ਪੈ, ਤੇ ਅੱਖਾਂ ਬੰਦ ਕਰਕੇ ਤੁਰ ਪੈਣ ਜੋ ਆਖਦੇ। ਐਸੀ ਮਨੋਪਲੀ ਬਣਾ ਲਈ ਬ੍ਰਾਹਮਣ ਨੇ। ਗੁਰੂ ਨੂੰ ਬਾਣੀ ਵਿੱਚ ਇੱਕ ਗੱਲ ਆਖਣੀ ਪਈ, ਬਕਾਇਦਾ ਨਾਮ ਲੈ ਕੇ ਆਖਿਆ, ਭਲਿਓ ਤੁਹਾਡੇ ਨਾਲ ਹਮਦਰਦੀ ਕੀਤੀ, ਵਿਰੋਧ ਬਿਲਕੁਲ ਨਹੀਂ। ਗੁਰੂ ਨੇ ਆਖਿਆ ਹਿੰਦੂ ਮੂਲੇ ਭੂਲੇ ਮੁੱਢ ਤੋਂ ਹੀ ਭੁੱਲ ਗਿਆ, ਪਹਿਲੀ ਗਲਤੀ ਕਰ ਬੈਠਾ, ਤੇ ਉਹ ਗਲਤੀ ਕੀ ਸੀ? ਉਹਨੇ ਆਪਣਾ ਧਰਮ ਦੀ ਦੁਨੀਆ ਦਾ ਜਿੰਨਾ ਖੇਤਰ ਕਰਤੱਵ ਸੀ ਨਾ, ਉਹ ਨਾਰਦ ਦੇ ਬ੍ਰਾਹਮਣ ਦੇ ਹੁਕਮ ਤੇ ਰੱਖ ਦਿੱਤਾ। ਨਾਰਦ ਦਾ ਅਰਥ ਹੈ ਬ੍ਰਾਹਮਣ, ਕਿਉਂਕਿ ਇਹਨਾਂ ਦੇ ਮਿਥਾਸ ਮੁਤਾਬਕ ਬ੍ਰਾਹਮਣਾਂ ਵਿੱਚੋਂ ਸਭ ਤੋਂ ਵੱਡਾ ਬ੍ਰਾਹਮਣ ਨਾਰਦ ਹੈ, ਤੇ ਐਨੀ ਉਹਦੀ ਪਹੁੰਚ ਹੈ ਕਿਸੇ ਵੀ ਦੇਵੀ ਦੇਵਤੇ ਵਿਸ਼ਨੂੰ ਦੇ ਦਰਬਾਰ ਵਿੱਚ ਵੀ ਨਿਚੱਕ ਬਿਨਾਂ ਕਿਸੇ ਰੋਕ ਟੋਕ ਜਾ ਸਕਦਾ, ਉਹਦੀ ਏਡੀ ਵੱਡੀ ਪਹੁੰਚ ਹੈ, ਤੇ ਇੰਨਾ ਸਿਆਣਾ ਹੈ, ਇੰਨਾ ਸਮਝਦਾਰ ਤੇ ਗਿਆਨਵਾਨ ਹੈ ਕਿ ਚੰਗੇ ਚੰਗੇ ਰਿਸ਼ੀ ਮੁਨੀ ਤੇ ਦੇਵਤੇ ਵੀ ਜਦੋਂ ਕਿਸੇ ਨਾਲ ਵੀ ਕੋਈ ਲੜਾਈ ਮੁੱਲ ਲੈਣੀ ਹੋਵੇ, ਨਾ ਕਿਸੇ ਨੂੰ ਵੱਧ ਘੱਟ ਕੋਈ ਸਾਜਿਸ਼ ਕਰਨੀ ਹੋਵੇ, ਨਾਰਦ ਦੀ ਸਲਾਹ ਲੈਂਦੇ। ਮੈਂ ਨਹੀਂ ਕਹਿੰਦਾ ਆਮ ਦੁਨੀਆਂ ਵਿੱਚ ਪ੍ਰਚਲਿਤ ਹੈ, ਜਿਹੜਾ ਇਧਰ ਉਧਰ ਲਾਭ ਵਧਾ ਜ਼ਿਆਦਾ ਕਰੇ, ਸਾਜਿਸ਼ਾਂ ਜ਼ਿਆਦਾ ਰਚੇ, ਅਸੀਂ ਆਖ ਦਿੰਦੇ ਹਾਂ ਤੇ ਨੇਰਾ ਨਾਰਦ ਬਣੇ। ਮੈਂ ਤੇ ਨਹੀਂ ਆਖਦਾ, ਸੰਸਾਰ ਵੀ ਵੱਡਾ ਬ੍ਰਾਹਮਣ, ਤੇ ਗੁਰੂ ਨੂੰ ਬਾਣੀ ਵਿੱਚ ਆਖਣਾ ਪਿਆ, ਕਹਿਣ ਲੱਗੇ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਈ। ਆਪਣੀ ਪੂਜਾ ਦਾ ਸਾਰਾ ਕਰਤੱਵ ਉਹਨਾਂ ਨੇ ਨਾਰਦ ਤੇ ਬ੍ਰਾਹਮਣ ਤੇ ਨਿਰਭਰ ਕਰ ਦਿੱਤਾ, ਜੋ ਬ੍ਰਾਹਮਣ ਆਖੇ ਧਰਮ ਉਹ ਹੀ। ਹੁਣ ਦੇਖੋ ਦੋਵਾਂ ਦਾ ਫਰਕ ਪੈ ਗਿਆ ਵੀਰੋ, ਗੁਰੂ ਨਾਨਕ ਤੁਹਾਡਾ ਵਿਰੋਧੀ ਨਹੀਂ, ਦੁਸ਼ਮਣ ਨਹੀਂ, ਤੁਹਾਨੂੰ ਕੁਝ ਸਮਝਾਉਣਾ ਚਾਹੀਦਾ, ਤੁਹਾਨੂੰ ਸਮਝਾਉਣਾ ਚਾਹੀਦਾ। ਹੁਣ ਫਰਕ ਕੀ ਹੈ? ਗੁਰੂ ਆਖ ਰਿਹਾ ਹੈ ਕਿ ਜਹਾਂ ਗਿਆਨ ਤੇ ਧਰਮ ਹੈ, ਦੋਵਾਂ ਦਾ ਫਰਕ ਪੈ। ਗੁਰੂ ਆਖ ਰਿਹਾ ਜਹਾਂ ਗਿਆਨ ਤੇ ਧਰਮ ਹੈ, ਗਿਆਨ ਦੀਆਂ ਅੱਖਾਂ ਜ਼ਰੂਰੀ ਨੇ, ਜਨਕਾਰ ਉਪਦੇਸ਼ ਗਿਆਨ ਅੰਜਨ ਦੀ ਆ,
ਉਧਰ ਕੀ ਹੈ? ਗੁਰੂ ਕਹਿੰਦੇ ਨੇ ਅੰਧੇ ਗੂੰਗੇ ਅੰਧ ਅਧਾਰ ਗੁਰਬਾਣੀ ਤੇ ਬੜੀ ਮਿੱਤਰਤਾ ਵਾਲੀ ਹਮਦਰਦੀ ਵਾਲੀ ਬਾਣੀ ਕਹਿੰਦੇ ਨੇ ਮੈਨੂੰ ਦੁੱਖ ਹੁੰਦਾ ਮੇਰੇ ਮਨ ਵਿੱਚ ਫਿਕਰ ਹੈ ਕਿ ਪ੍ਰਜਾ ਦਾ ਦੁਨੀਆ ਦਾ ਇੰਨਾ ਵੱਡਾ ਹਿੱਸਾ ਅੰਧਾ ਗੂੰਗਾ ਕਿਉਂ ਹੋ ਗਿਆ? ਗੁਰੂ ਤਾਂ ਹਮਦਰਦੀ ਤਾਂ ਕਰਦਾ ਵੀਰੋ, ਅੰਧਾ ਗੂੰਗਾ ਕਿਉਂ ਹੋ ਗਿਆ? ਅੰਦਰੇ ਨੂੰ ਲੋੜ ਪੈਂਦੀ ਹੈ ਨਾ ਕਿਸੇ ਦੇ ਸਹਾਰੇ ਚੱਲਣ ਦੀ। ਭਲਿਓ ਧਰਮ ਦੇ ਖੇਤਰ ਆਪਣੇ ਰੱਬ ਵੱਲ ਵਧਣਾ ਤੇ ਕੇਵਲ ਲੱਤਾਂ ਹੋਣੀਆਂ ਅੱਖਾਂ ਹੋਣੀਆਂ ਹੀ ਨਾ, ਬੜਾ ਮੁਸ਼ਕਲ ਹੈ। ਕਹਿਣ ਲੱਗੇ ਹਿੰਦੂ ਮੂਲੇ ਬਹੁਲੇ ਖੁੱਟੀ ਜਾਈ, ਨਾਰਦ ਕਹਿਆ ਸੀ ਪੂਜ ਕਰਾਈ, ਅੰਧੇ ਗੂੰਗੇ ਅੰਧ ਅੰਧਾਰ। ਹੁਣ ਇੰਨਾ ਜ਼ਿਆਦਾ ਨਿਰਭਰ ਹੋ ਗਿਆ ਬ੍ਰਾਹਮਣ ਤੇ ਹਿੰਦੂ ਵੀਰ ਕਿ ਜੋ ਕੁਝ ਉਹ ਆਖੀ ਗਿਆ ਕਰੀ ਚੱਲਿਆ। ਹੁਣ ਮੈਂ ਕੁਛ ਬੋਲ ਨਹੀਂ ਸਕਦਾ, ਜੋ ਇਹ ਆਖੇ ਬੋਲਣਾ ਮਨਾ। ਦੇਖਣਾ ਵੀ ਮੈਂ ਇੱਕ ਵਾਰ ਕੀਤੀ ਸੀ, ਜੇ ਬ੍ਰਾਹਮਣ ਨੇ ਆਖਿਆ ਆਪਣੀਆਂ ਬੱਚੀਆਂ ਦਾਨ ਕਰ ਦੇ, ਇਹ ਦੇਵਦਾਸੀਆਂ ਬਣ ਕੇ ਮੰਦਰਾਂ ਵਿੱਚ ਜੀਵਨ ਗੁਜ਼ਾਰਨ, ਸਤ ਬਚਨ ਜੀ, ਜੇ ਬ੍ਰਾਹਮਣ ਨੇ ਆਖਿਆ ਆਟੇ ਦੀ ਗਊ ਦਾਨ ਕਰ, ਸਤ ਬਚਨ ਜੀ, ਜੇ ਆਖਿਆ ਕਿਸੇ ਤੀਰਥ ਤੇ ਜਾ ਕੇ ਕਲਵੱਤਰ ਲੈ ਲੈ, ਸਤ ਬਚਨ ਜੀ, ਅੰਧੇ ਗੂੰਗੇ ਨਾ ਬੋਲ ਸਕਦਾ ਨਾ ਦੇਖ ਸਕਦਾ, ਕਿਉਂਕਿ ਜੇ ਬੋਲੇਗਾ ਦੇਖੇਗਾ ਵਿਚਾਰ ਵੀ ਕਰੇਗਾ, ਤੇ ਜੇ ਵਿਚਾਰ ਕਰੇਗਾ ਤੇ ਕਿਸੇ ਵਕਤ ਬੋਲੇਗਾ ਵੀ, ਆਖੇਗਾ ਆ ਕੰਮ ਕਿਉਂ ਹੋ ਰਿਹਾ, ਆ ਕਿਉਂ ਦਾ ਲਫ਼ਜ਼ੀ ਖੋਲ। ਅੱਜ ਦੀ ਦੁਨੀਆ ਕੀ ਹੈ? ਮੈਂ ਵਿਦੇਸ਼ਾਂ ਵਿੱਚ ਰਹਿਣਾ, ਜਦੋਂ ਜਾਣਾ ਉੱਥੇ ਬੜਾ ਪ੍ਰਚਲਿਤ ਹੈ, ਅੱਜ ਦਾ ਛੋਟਾ ਬੱਚਾ ਜਿਹਨੂੰ ਤੁਸੀਂ ਪਾਣੀ ਦਾ ਗਲਾਸ ਲਿਆਉਣ ਲਈ ਵੀ ਆਖੋ, ਪਹਿਲਾਂ ਆਖ ਗਵਾਈ ਕਿਉਂ ਲਿਆ, ਤੂੰ ਆਪੇ ਨਹੀਂ ਲੈ ਸਕਦਾ? ਹਰ ਬੱਚੇ ਦੀ ਜ਼ਬਾਨ ਤੇ ਕਿਉਂ ਲਫ਼ਜ਼ ਅੱਜ ਪਹਿਲਾਂ, ਤੇ ਭਲਾ ਇਸ ਵਾਯੂ ਵਿੱਚ ਜੰਮਿਆ ਹੋਇਆ ਬੱਚਾ ਅੱਜ ਬ੍ਰਾਹਮਣ ਦੇ ਮਗਰ ਲੱਗੇਗਾ? ਧੌਕੜ ਬਣ ਗਈ, ਪਰੇਸ਼ਾਨੀ ਖੜੀ ਹੋ ਗਈ, ਅਸੀਂ ਵਾਹਿਗੁਰੂ ਆ ਬੈਠੇ ਸਾਂ, ਹਾਲਾਂਕਿ ਗੁਰੂ ਨੇ ਸਾਨੂੰ ਪਹਿਲਾਂ ਪੜ੍ਹਾਈ ਸੀ। ਇੱਕ ਪਾਸੇ ਅਸੀਂ ਆਖਦੇ ਹਾਂ ਜੇ ਗੁਰੂ ਨੇ ਵੀ ਸਾਨੂੰ ਪਰਖਿਆ ਤੀਰ ਦੀ ਨੋਕ ਨੀਵੀਂ ਕਰਕੇ ਕਬਰ ਤੇ ਸਿੱਖ ਖੜਾ ਹੋ ਗਿਆ ਸੀ, ਆ ਕਿਉਂ? ਵਾਹਿ ਸਾਨੂੰ ਰੋਕਣ ਵਾਲੇ ਤੁਸੀਂ ਇਸ ਕਬਰ ਤੇ ਤੀਰ ਦੀ ਨੋਕ ਨੂੰ ਝੁਕਾ ਕੇ ਸਲਾਮੀ ਕਿਉਂ ਦਿੱਤੀ? ਸਿੱਖੀ ਨੂੰ ਪਹਿਲਾਂ ਇਹ ਸਬਕ ਮਿਲਿਆ ਤੇ ਕਿਹੜੀ ਅਜੀਬ ਗੱਲ ਹੈ, ਉਹ ਜਿਹੜਾ ਲਫ਼ਜ਼ ਸੀ ਕਿਉਂ ਵਾਲਾ ਬ੍ਰਾਹਮਣ ਨੇ ਖੋਲਿਆ। ਕਿਸੇ ਹਿੰਦੂ ਕੋਲ ਇਹ ਆਸਥਾ ਇਹ ਸ਼ਕਤੀ ਨਹੀਂ ਸੀ ਕਿ ਬ੍ਰਾਹਮਣ ਦੇ ਸਾਹਮਣੇ ਬੋਲ ਕੇ ਆਖ ਸਕੇ ਆ ਗੱਲ ਕਿਉਂ, ਮੈਂ ਆਪਣੀਆਂ ਬੱਚੀਆਂ ਕਿਉਂ ਮੰਦਰਾਂ ਵਿੱਚ ਛੱਡਾਂ? ਪਤੀ ਦੇ ਨਾਲ ਜੇ ਪਤੀ ਸੰਸਾਰ ਦੇ ਨਿਯਮਾਂ ਮੁਤਾਬਕ ਰੱਬੀ ਹੁਕਮ ਮੁਤਾਬਕ ਚਲਾ ਗਿਆ ਤੇ ਪਤਨੀ ਨੂੰ ਨਾਲ ਜਿਉਂਦੀ ਨੂੰ ਚਿਖਾ ਵਿੱਚ ਕਿਉਂ ਬਿਠਾਇਆ ਜਾਏ? ਸਤੀ ਕਿਉਂ, ਉਹਨੂੰ ਜੀਵਨ ਦਾ ਕੋਈ ਅਧਿਕਾਰ ਨਹੀਂ? ਆ ਕਿਉਂ ਵਾਲਾ ਲਫ਼ਜ਼ ਹੀ ਉਡਾਉਂਦਾ, ਬਲਕਿ ਜੇ ਬ੍ਰਾਹਮਣ ਨੂੰ ਕੋਈ ਸਜ਼ਾ ਦੇ ਦੇ ਜਿੰਨਾ ਮਰਜ਼ੀ ਵੱਡਾ ਗੁਨਾਹ ਕਰ ਲਵੇ, ਮੈਂ ਲੰਬੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਗੁਨਾਹਾਂ ਦੀ ਲਿਸਟ ਬੜੀ ਲੰਬੀ ਹੈ, ਪਰ ਹਿੰਦੂ ਵੀਰ ਸਹੀ ਗਿਆ ਅੰਧਾ ਗੂੰਗਾ ਬਣ ਕੇ, ਨਾ ਬੋਲਣਾ ਨਾ ਦੇਖਣਾ, ਜੋ ਹੋ ਗਿਆ ਠੀਕ ਹੈ। ਇਹ ਖਿਆਲ ਕਰਿਓ ਬੜਾ ਵੱਡਾ ਭੈ ਪੈਦਾ ਕਰ ਦਿੱਤਾ। ਮੈਂ ਇਧਰ ਵਧਣਾ ਚਾਹੁੰਦਾ ਕਿ ਸਾਡੇ ਵਿੱਚ ਵੀ ਪੈਦਾ ਹੋ ਗਿਆ, ਇਹ ਮਤ ਸਮਝੋ ਸਾਡੇ ਵਿੱਚ ਬ੍ਰਾਹਮਣਿਜ਼ਮ ਨਹੀਂ ਆਇਆ, ਆ ਗਿਆ ਬ੍ਰਾਹਮਣਿਜ਼ਮ। ਕੀ ਸੀ ਉਹਨੇ ਇੱਥੋਂ ਤੱਕ ਕਿ ਜੇ ਕਿਸੇ ਬ੍ਰਾਹਮਣ ਨੂੰ ਕੋਈ ਸਜ਼ਾ ਦੇ ਦਿੱਤੀ ਕਿਸੇ ਨੇ ਤੇ ਉਹਨੂੰ ਬ੍ਰਹਮ ਹੱਤਿਆ ਲੱਗ ਜਾਏਗੀ, ਉਹ ਲਫ਼ਜ਼ ਵੀ ਬ੍ਰਾਹਮਣ ਹੱਤਿਆ ਵੀ ਨਹੀਂ ਬ੍ਰਹਮ ਹੱਤਿਆ। ਇੱਕ ਲਫ਼ਜ਼ ਵੇਖਿਓ, ਬ੍ਰਾਹਮਣ ਨੂੰ ਮਾਰਨ ਨਾਲ ਬ੍ਰਾਹਮਣ ਹੱਤਿਆ ਵੀ ਨਹੀਂ, ਉੱਥੇ ਲਫ਼ਜ਼ ਬਦਲ ਦਿੱਤਾ, ਆਪੇ ਬ੍ਰਹਮ ਕਹਾਇਆ, ਆਖਿਆ ਬ੍ਰਹਮ ਹੱਤਿਆ, ਮੰਨੋ ਤੂੰ ਇੱਕ ਬ੍ਰਾਹਮਣ ਨਹੀਂ ਮਾਰਿਆ ਰੱਬ ਹੀ ਮਾਰ ਦਿੱਤਾ, ਬ੍ਰਹਮ ਤਾਂ ਰੱਬ ਨੂੰ ਕਹਦੇ, ਗੁਰਬਾਣੀ ਨੇ ਬਾਰ ਬਾਰ ਆਖਿਆ